ਬੀਜਪੀ ਤੇ ਅਕਾਲੀ ਦਲ ਲਈ ਅੱਜ ਇੱਕ ਵੱਡਾ ਧਮਾਕਾ ਹੋਇਆ ਹੈ ਇਹ ਵੱਡਾ ਧਮਾਕਾ ਇਹ ਹੈ ਕਿ ਬੀਜਪੀ ਦੇ ਸੀਨੀਅਰ ਆਗੂ ਸਾਬਕਾ ਮੰਤਰੀ ਮਦਨ ਮੋਹਨ ਮਿੱਤਲ ਆਪਣੇ ਪਰਿਵਾਰ ਦੇ ਨਾਲ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਨੇ ਤੇ ਉਹਨਾਂ ਦੇ ਸੁਪੁੱਤਰ ਸਾਡੇ ਨਾਲ ਮੌਜੂਦ ਨੇ ਅਰਵਿੰਦ ਮਿੱਤਲ ਸਾਹਿਬ ਤੇ ਦਾਵੇਦਾਰ ਵੀ ਨੇ ਅਨੰਦਪੁਰ ਸਾਹਿਬ ਟਿਕਟ ਤੋਂ ਅਨੰਦਪੁਰ ਸਾਹਿਬ ਸੀਟ ਤੋਂ ਮਿੱਤਲ ਸਾਹਿਬ ਸਵਾਗਤ ਹੈ ਬਹੁਤ ਮਿਹਰਬਾਨੀ ਤੁਹਾਡੀ ਬਹੁਤ ਬਹੁਤ ਧੰਨਵਾਦ ਔਰ ਮੇਰੇ ਤੁਹਾਡੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿੱਤਲ ਸਾਹਿਬ ਕੀ ਹੋਇਆ ਕਿ ਤੁਹਾਨੂੰ ਅਕਾਲੀ ਦਲ ਵੱਲ ਮਤਲਬ ਟਿਪੀਕਲ ਤੁਸੀਂ ਭਾਜਪੀ ਦਾ ਪਰਿਵਾਰ ਤੇ ਅਕਾਲੀ ਦਲ ਵੱਲ ਆਣਾ ਪੈ ਗਿਆ ਦੇਖੋ ਮੇਰਾ ਖਿਆਲ ਹੈ ਸਨ 1962 ਤੋਂ ਮਿੱਤਲ ਸਾਹਿਬ ਨੇ ਵਕਾਲਤ ਸ਼ੁਰੂ ਕੀਤੀ ਰੋਪੜ ਦੇ ਵਿੱਚ ਉਦੋਂ ਤੋਂ ਲਗਾਤਾਰ ਭਾਰਤੀ ਜਨ ਸੰਘ ਔਰ ਫਿਰ ਭਾਰਤੀ ਜਨਤਾ ਪਾਰਟੀ ਦਾ ਕੰਮ ਕਰਦੇ ਰਹੇ ਮਿੱਤਲ ਸਾਹਿਬ ਹਰ ਔਖੀ ਕੜੀ ਦੇ ਵਿੱਚ ਪਾਰਟੀ ਦੇ ਹਰ ਮੁਕਾਮ ਦੇ ਉਤੇ ਨਾਲ ਡਟ ਕੇ ਖੜੇ ਹੋਏ ਔਰ ਪਾਰਟੀ ਨੂੰ ਖੜਾ ਕੀਤਾ ਘਰ ਘਰ ਜਾ ਕੇ ਪਿੰਡ ਪਿੰਡ ਜਾ ਕੇ ਪਾਰਟੀ ਨੂੰ ਖੜਾ ਕੀਤਾ ਪਾਰਟੀ ਨੇ ਬਹੁਤ ਇੱਜ਼ਤ ਮਾਨ ਵੀ ਦਿੱਤਾ ਮੈਂ ਇਸ ਤਰ੍ਹਾਂ ਨਹੀਂ ਕਹਿੰਦਾ ਪਾਰਟੀ ਨੇ ਬਿਨਾ ਮੰਗੇ ਮਿਤਲ ਸਾਹਿਬ ਨੂੰ ਸਭ ਕੁਝ ਦਿੱਤਾ ਚੋਣਾਂ ਵੀ ਲੜਾਈ ਮੰਤਰੀ ਵੀ ਬਣਾਇਆ ਔਰ ਜੋ ਗੱਲਾਂ ਕਹੀਆਂ ਉਹ ਸਾਰੀਆਂ ਮੰਨੀਆਂ 2017 ਦੇ ਚੋਣਾਂ ਦੇ ਵਿੱਚ ਜਦੋਂ ਮਿਤਲ ਸਾਹਿਬ ਮੰਤਰੀ ਸੀ ਉਹਨਾਂ ਨੇ ਕਿਹਾ ਟਿਕਟ ਵਾਸਤੇ ਮੈਂ ਅਪਲਾਈ ਕੀਤਾ ਸੀ ਤੇ ਪਾਰਟੀ ਨੇ ਫੈਸਲਾ ਕੀਤਾ ਕਿ ਅਸੂਲ ਦੇ ਆਧਾਰ ਦੇ ਉੱਤੇ ਕਿ ਜੀ ਠੀਕ ਹੈ ਤੁਹਾਨੂੰ ਅਸੀਂ ਪਾਰਟੀ ਦੀ ਟਿਕਟ ਨਹੀਂ ਦੇ ਸਕਦੇ ਕਿਉਂਕਿ ਤੁਸੀਂ 75 ਸਾਲ ਟੱਪ ਗਏ ਹੋਰ ਸਿਟਿੰਗ ਮਿਨਿਸਟਰ ਦੇ ਪਰਿਵਾਰ ਦੇ ਵਿੱਚ ਟਿਕਟ ਨਹੀਂ ਦੇਣੀ ਅਸੀਂ ਉਹਦਾ ਫੈਸਲੇ ਦਾ ਸਤਿਕਾਰ ਕੀਤਾ ਕਿ ਅਸੂਲ ਦੇ ਉੱਤੇ ਟਿਕਟ ਦਾ ਫੈਸਲਾ ਹੋਇਆ ਸਾਨੂੰ ਕੋਈ ਦਿੱਕਤ ਨਹੀਂ ਹੈ ਔਰ ਪਾਰਟੀ ਔਰ ਟਿਕਟ ਜਿਹੜੀ ਡਾਕਟਰ ਪਰਮਿੰਦਰ ਸ਼ਰਮਾ ਨੂੰ ਉੱਥੇ ਦਿਲਵਾਈ ਉਹ ਮਿੱਤ ਸਾਹਿਬ ਨੇ ਖੁਦ ਕਹਿ ਕੇ ਦਿਲਵਾਈ ਔਰ ਨਾਲ ਜ਼ਿੰਮੇਵਾਰੀ ਲਈਤੀ ਲੇਕਿਨ ਜਦੋਂ ਵਾਪਸ ਆਏ ਤਾਂ ਇੱਥੇ ਆ ਕੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ 40 ਸਾਲ ਦਾ ਬਰੋਟਾ ਪੱਟ ਦਿੱਤਾ ਤਾਂ ਸਾਡੇ ਵਾਸਤੇ ਬੜੀ ਦਿੱਕਤ ਤੇ ਚਲੋ ਕੋਈ ਗੱਲ ਨਹੀਂ ਅਸੀਂ ਫਿਰ ਵੀ ਪਾਰਟੀ ਦਾ ਬੜੀ ਆਪਣਾ ਇਮਾਨਦਾਰੀ ਦੇ ਨਾਲ ਕੰਮ ਕਰਦੇ ਰਹੇ ਪਿਛਲੇ 4.5 5 ਸਾਲਾਂ ਦੇ ਵਿੱਚ ਕੰਮ ਕੀਤਾ ਲੇਕਿਨ ਇੱਕ ਜੋ ਦੇਖਣ ਚ ਆਇਆ ਕਿ ਸ਼੍ਰੀ ਅਨੰਦਪੁਰ ਸਾਹਿਬ ਧਰਤੀ ਅਲਕਾ ਜੋ ਕਿ ਸ਼੍ਰੀ ਅਨੰਦਪੁਰ ਸਾਹਿਬ ਦੇ ਨਾਮ ਦੇ ਉੱਤੇ ਹੈ ਔਰ ਨੌਵੇਂ ਪਾਤਸ਼ਾਹ ਦੀ ਬਸਾਈ ਹੋਈ ਇਸ ਨਗਰੀ ਦੇ ਨਾਮ ਤੇ ਹੈ ਦਸਵੇਂ ਦਸਵੇਂ ਬਾਦਸ਼ਾਹ ਨੇ ਇੱਥੇ ਖਾਲਸੇ ਦੀ ਸਿਰਜਣਾ ਕੀਤੀ ਬਹੁਤ ਜਿਹੜੇ ਲੋਕ ਜਿਨ੍ਹਾਂ ਦੇ ਉੱਤੇ ਜ਼ੁਲਮ ਅਤੇ ਅਤਿਆਚਾਰ ਹੁੰਦਾ ਸੀ ਉਹਨਾਂ ਦੇ ਉਹਨਾਂ ਦੀ ਲੜਾਈ ਲੜਨ ਵਾਸਤੇ ਉਹਨਾਂ ਨੇ ਉਹ ਸਿਰਜਣਾ ਕੀਤੀ ਔਰ ਉਸ ਦੇ ਵਿੱਚ ਹਰ ਤਰ੍ਹਾਂ ਦੇ ਜੋ ਦਬੇ ਕੁਚਲੇ ਲੋਕ ਸੀ ਉਹਨਾਂ ਨੇ ਆ ਕੇ ਸਭ ਤੋਂ ਪਹਿਲੇ ਗੁਰੂ ਸਾਹਿਬ ਦੀ ਬਾਹ ਫੜੀ ਪੰਜ ਪਿਆਰੇ ਸਾਜੇ ਔਰ ਉਸ ਫੌਜ ਦੇ ਨਾਲ ਉਹਨਾਂ ਨੇ ਪੂਰੀ ਦੁਨੀਆ ਦੇ ਵਿੱਚ ਇੱਕ ਮੈਸੇਜ ਦਿੱਤਾ ਔਰ ਉਸ ਲੜਾਈ ਨੂੰ ਲੜਿਆ ਅੱਜ ਵੀ ਉਹ ਫੌਜ ਉਸੇ ਤਰੀਕੇ ਨਾਲ ਲੜਦੀ ਆ ਰਹੀ ਹੈ ਲੇਕਿਨ ਬੜੀ ਅਫਸੋਸ ਦੀ ਗੱਲ ਹੈ ਕਿ ਪਿਛਲੇ 5 ਸਾਲ ਦੇ ਵਿੱਚ ਜੋ ਸਾਡੇ ਹਲਕੇ ਦੇ ਵਿੱਚ ਅਨੰਦਪੁਰ ਸਾਹਿਬ ਦੇ ਵਿੱਚ ਜੋ ਤੱਕੇਸ਼ਾਹੀ ਕਾਂਗਰਸ ਦੇ ਵਿਧਾਇਕ ਔਰ ਪੰਜਾਬ ਦੇ ਸਪੀਕਰ ਰਾਣਾ ਕੇਪੀ ਸਿੰਘ ਵੱਲੋਂ ਕੀਤੀ ਗਈ ਪਰਚਿਆਂ ਦੀ ਰਾਜਨੀਤੀ ਕੀਤੀ ਗਈ ਨਜਾਇਜ਼ ਕਬਜ਼ਿਆਂ ਦੀ ਰਾਜਨੀਤੀ ਕੀਤੀ ਗਈ ਜਿਹੜਾ ਵੀ ਉਹਨਾਂ ਦੇ ਖਿਲਾਫ ਕੋਈ ਆਵਾਜ਼ ਚੱਕਦਾ ਸੀ ਉਹਨਾਂ ਦੇ ਘਰ ਪੁਲਿਸ ਸ਼ਾਮ ਨੂੰ ਪਹੁੰਚ ਜਾਂਦੀ ਸੀ ਜੇ ਨਹੀਂ ਸੀ ਚੁੱਪ ਕਰਦਾ ਤੇ ਉਹਦੇ ਤੇ ਪਰਚਾ ਹੋ ਜਾਂਦਾ ਸੀ ਲੇਕਿਨ ਵੱਧ ਕਿਸਮਤੀ ਕਿ ਕਿਸ ਨੇ ਉਸਾਰੀਆਂ ਕਾਰਵਾਈਆਂ ਦੇ ਖਿਲਾਫ ਕਿਸੇ ਨੇ ਆਵਾਜ਼ ਨਹੀਂ ਚੱਕੀ ਸਾਡੇ ਹਲਕੇ ਦੇ ਵਿੱਚ ਦੋ ਬਹੁਤ ਵੱਡੀਆਂ ਟਰੱਕ ਯੂਨੀਅਨਸ ਐ ਨੰਗਲ ਦੀ ਟਰੱਕ ਯੂਨੀਅਨ ਔਰ ਕਿਰਤ ਪ੍ਰਸਾਦ ਦੀ ਟਰੱਕ ਯੂਨੀਅਨ ਜੋ ਕਿ ਸਾਡੇ ਹਲਕੇ ਦੀ ਇੱਕ ਲਾਈਫ ਲਾਈਨ ਐ ਜਿਵੇਂ ਆਦਮੀ ਦੇ ਸਰੀਰ ਚ ਜੇ ਖੂਨ ਚੱਲਦਾ ਤੇ ਆਦਮੀ ਕੰਮ ਕਰਦਾ ਨਹੀਂ ਤਾਂ ਆਦਮੀ ਦੀ ਪੂਰਾ ਹੋ ਜਾਂਦਾ ਤੇ ਸਾਡੇ ਇਲਾਕੇ ਦੇ ਵਿੱਚ ਵੀ ਜੇ ਟਰੱਕ ਯੂਨੀਅਨ ਚੱਲਦੀਆਂ ਸੀ ਤਕਰੀਬ 10000 ਪਰਿਵਾਰ ਕਰੀਬ ਕਰੀਬ 40 ਤੋਂ 50000 ਲੋਕ ਉਸ ਦੇ ਸਿਰ ਤੇ ਰੋਟੀ ਖਾਂਦੇ ਸੀ ਉਹ ਦੋਨੋ ਟਰੱਕ ਯੂਨੀਅਨਸ ਫੇਲ ਹੋਣ ਦਾ ਨਤੀਜਾ ਅੱਜ ਇਹ ਹੋਇਆ ਕਿ ਉਹ ਲੋਕ ਸੜਕਾਂ ਤੇ ਆ ਗਏ ਜਿਨ੍ਹਾਂ ਦੇ ਟਰੱਕ ਪਾਏ ਹੋਏ ਸੀ ਉਹਨਾਂ ਨੂੰ ਮਜਬੂਰਨ ਟਰੱਕ ਵੇਚ ਕੇ ਕਰਜ਼ੇ ਦੀਆਂ ਕਿਸ਼ਤਾਂ ਉਤਾਰ ਕੇ ਅੱਜ ਦਿਹਾੜੀ ਮਜ਼ਦੂਰੀ ਕਰਨ ਦੇ ਉੱਤੇ ਮਜਬੂਰ ਹੋ ਗਏ ਲੇਕਿਨ ਔਰ ਇੱਕ ਜਿਹੜਾ ਬਹੁਤ بڑا ਅਦਾਰਾ ਸੀ ਪੀਐਸਸੀਐਲ ਫੈਕਟਰੀ ਜਿਹੜੀ ਕਿ ਪ੍ਰੋਫਿਟੇਬਲ ਵੈਂਚਰ ਸੀ ਉਸ ਨੂੰ ਕੋਡੀਆਂ ਦੇ ਭਾ ਰਣਾ ਕੀਪੀ ਸਿੰਘ ਨੇ ਆਪਣੇ ਬੰਦਿਆਂ ਦੇ ਥਰੂ ਖਰੀਦ ਲਿੱਤਾ ਔਰ ਅੱਜ ਲੋਕ ਰਾਹੀ ਤਰਾਹੀ ਕਰਦੇ ਆ ਨੰਗਲ ਟਰੱਕ ਯੂਨੀਅਨ ਦੇ ਲੋਕਾਂ ਨੇ ਤੁਸੀਂ ਹੈਰਾਨ ਹੋਵੋਗੇ 63 ਪਿੰਡਾਂ ਦੇ ਵਿੱਚ ਜਾ ਕੇ 63 ਪਿੰਡਾਂ ਦੇ ਵਿੱਚ ਜਾ ਕੇ ਰਾਣਾ ਕੇਪੀ ਦਾ ਪੁਤਲਾ ਫੂਕਿਆ ਰਾਣਾ ਕੇਪੀ ਦਾ ਪੁਤਲਾ ਫੂਕਿਆ ਔਰ ਉਸ ਤੋਂ ਇਨਾ ਇਨਾ ਅਫਸੈਟ ਹੋਇਆ ਰਾਣਾ ਕੇਬੀ ਕੇ ਉਸਨੇ ਪੁਲਿਸ ਦੇ ਰਹੀ ਪ੍ਰਸ਼ਾਸਨ ਦੇ ਦਬਕੇ ਰਹੀ ਉਹਨਾਂ ਨੂੰ ਚੁੱਪ ਕਰਵਾਉਣ ਦੀ ਕੋਸ਼ਿਸ਼ ਰਾਣਾ ਕੇਪੀ ਦੀ ਗੱਲ ਤੁਸੀਂ ਕਰ ਲੇ ਮੈਂ ਅਗਲੀ ਗੱਲ ਤੇ ਆਣਾ ਲੇਕਿਨ ਉਸ ਦੇ ਖਿਲਾਫ ਕਿਸੇ ਨੇ ਆਵਾਜ਼ ਨਹੀਂ ਚੱਕੀ ਅੱਜ ਉਸ ਲੜਾਈ ਨੂੰ ਅੱਗੇ ਵਿਧਾਨ ਦੀ ਜ਼ਰੂਰਤ ਹੈ ਤੱਕ ਪਾਰਟੀ ਨੇ ਪਾਰਟੀ ਨੇ ਜੋ ਫੈਸਲਾ ਕਰਨ ਵੇਲੇ ਉਸ ਆਦਮੀ ਨੂੰ ਦੁਬਾਰਾ ਨਮਾਇੰਦਗੀ ਦੇ ਵਾਸਤੇ ਤਿਆਰ ਕੀਤਾ ਜਿਹੜਾ ਪਿਛਲੇ 5 ਸਾਲ ਚ ਲੋਕਾਂ ਦੀ ਕੋਈ ਨਮਾਇੰਦਗੀ ਨਹੀਂ ਕਰ ਸਕਿਆ ਕੋਈ ਲੜਾਈ ਨਹੀਂ ਲੜ ਸਕਿਆ ਤਾਂ ਕਿਸੇ ਨੇ ਤਾਂ ਉਸ ਲੜਾਈ ਨੂੰ ਲੜਨਾ ਹੈ ਔਰ ਉਸ ਲੜਾਈ ਨੂੰ ਲੜਨ ਦੇ ਵਾਸਤੇ ਸਾਨੂੰ ਇਹ ਫੈਸਲਾ ਲੈਣਾ ਪਿਆ ਕਿ ਅਸੀਂ ਅੱਗੇ ਵਧੀਏ ਔਰ ਪਾਰਟੀ ਚਾਹੇ ਹਾਲਾਂਕਿ ਸਾਡਾ ਕੋਈ 60 ਸਾਲ 70 ਸਾਲ ਦੀ ਜਿਹੜੀ ਐਸੋਸੀਏਸ਼ਨ ਆ ਉਹ ਛੱਡ ਨਹੀਂ ਹੁੰਦੀ ਪਰ ਬੜੇ ਭਾਰੀ ਮੰਦੇ ਨਾਲ ਅਸੀਂ ਛੱਡ ਕੇ ਇਹ ਅਕਾਲੀ ਦਲ ਦਾ ਹੱਥ ਫੜਿਆ ਤਾਂ ਕਿ ਅਸੀਂ ਉਸ ਲੜਾਈ ਨੂੰ ਅੱਗੇ ਵਧਾ ਸਕੀਏ ਔਰ ਆਪਣੇ ਹਲਕੇ ਦੇ ਲੋਕਾਂ ਨੂੰ ਇਨਸਾਫ ਦਿਵਾ ਸਕੀਏ ਤੁਸੀਂ ਸਾਰਾ ਆਪਣਾ ਮੁੱਦਾ ਜਿਹੜਾ ਬਿਆਨ ਕਰ ਦਿੱਤਾ ਪਰ ਪਾਰਟੀ ਵਿੱਚ ਭਾਜਪੀ ਚ ਇੰਨਾ ਪੁਰਾਣਾ ਤੁਹਾਡਾ ਪਰਿਵਾਰ ਇੰਨਾ ਰਸੂਖ ਤੁਹਾਡਾ ਤੇ ਕੀ ਕਮੀ ਰਹਿ ਗਈ ਕਿੱਥੇ ਕਮੀ ਰਹਿ ਗਈ ਕਿ ਹਾਈ ਕਮਾਂਡ ਮਤਲਬ ਜਿਹੜਾ ਸੰਸਦੀ ਬੋਰਡ ਹੈ ਤੁਹਾਡਾ ਉਹ ਤੁਹਾਡੇ ਬਾਰੇ ਨਹੀਂ ਸੋਚ ਸਕਿਆ ਕੀ ਕਮੀ ਰਹਿ ਗਈ ਮੇਰੇ ਬਾਰੇ ਸੋਚਣਾ ਕੋਈ ਮੁੱਦਾ ਨਹੀਂ ਹੈ ਕਿ ਉਹ ਮੈਨੂੰ ਟਿਕਟ ਦਿੰਦੇ ਆ ਜਾਂ ਕਿਹਨੂੰ ਟਿਕਟ ਦਿੰਦੇ ਆ ਮੁੱਦਾ ਇਹ ਨਹੀਂ ਸੀ ਮੁੱਦਾ ਇਹ ਸੀ ਕਿ ਕਿਸੇ ਕਿਸੇ ਐਸੇ ਵਿਅਕਤੀ ਨੂੰ ਟਿਕਟ ਦਿੰਦੇ ਕਿਸੇ ਐਸੇ ਵਿਅਕਤੀ ਨੂੰ ਅੱਗੇ ਲਿਆਉਂਦੇ ਨੁਮਾਇੰਦਗੀ ਦੇ ਵਾਸਤੇ ਜਿਹੜਾ ਉਸ ਲੜਾਈ ਨੂੰ ਲੜ ਸਕਦਾ ਹੁੰਦਾ ਮੈਨੂੰ ਨਹੀਂ ਦੇਣਾ ਚਾਹੁੰਦੇ ਨਾ ਦੋ ਲੇਕਿਨ ਕੋਈ ਐਸਾ ਆਦਮੀ ਤਾਂ ਲਿਆਉਂਦੇ ਜਿਹੜਾ ਲੜਾਈ ਲੜ ਸਕਦਾ ਲੇਕਿਨ ਉਹਨਾਂ ਨੇ ਕਿਉਂ ਐਸਾ ਕੀਤਾ ਕਿਉਂ ਇਸ ਆਦਮੀ ਨੂੰ ਲੈ ਕੇ ਆਏ ਇਸ ਦੇ ਬਾਰੇ ਚ ਤਾਂ ਪਾਰਟੀ ਭਾਜਪਾ ਹੀ ਜਵਾਬ ਦੇ ਸਕਦਾ ਹੈ ਸਕਰੀਆ ਮੈਸ ਦੇ ਬਾਰੇ ਕੁਝ ਟਿੱਪਣੀ ਨਹੀਂ ਕਰ ਸਕਦਾ ਪਰ ਫਿਰ ਵੀ ਥੋੜੀ ਬਹੁਤ ਤਾਂ ਗੱਲਬਾਤ ਪਤਾ ਹੋਏਗੀ ਤੁਹਾਨੂੰ ਹੁਣ ਤਾਂ ਤੁਸੀਂ ਪਾਰਟੀ ਛੱਡ ਚੁੱਕੇ ਹੋ ਖੁੱਲ ਕੇ ਬੋਲ ਸਕਦੇ ਨਹੀਂ ਮੈਂ ਬੋਲਣ ਨੂੰ ਮੈਨੂੰ ਕੋਈ ਦਿੱਕਤ ਨਹੀਂ ਹੈ ਪਰ ਮੈਨੂੰ ਜਿਸ ਗੱਲ ਦੇ ਬਾਰੇ ਵਿੱਚ ਨਹੀਂ ਪਤਾ ਮੈਂ ਕਹਿ ਨਹੀਂ ਸਕਦਾ ਸਾਨੂੰ ਤਾਂ ਸਾਰੇ ਹੈਰਾਨ ਹੈ ਮੈਂ ਨਹੀਂ ਪੂਰੀ ਪਾਰਟੀ ਹੈਰਾਨ ਹੈ ਪੂਰਾ ਹਲਕੇ ਦੇ ਵਰਕਰ ਹੈਰਾਨ ਹੈ ਵੀ ਇਹ ਕੀਤਾ ਕੀ ਇੱਕ ਕੀ ਫੈਸਲਾ ਕੀਤਾ ਕਿਹਨੇ ਫੈਸਲਾ ਕੀਤਾ ਕਿਸੇ ਦੀ ਸਮਝ ਨਹੀਂ ਆ ਰਹੀ ਇਸੇ ਕਰਕੇ ਅੱਜ ਪੂਰਾ ਹਲਕਾ ਜਿਹੜਾ ਹੈ ਭਾਰਤੀ ਜਨਤਾ ਪਾਰਟੀ ਦਾ ਜੰਨਾ ਵਰਕਰ ਕੈਡਰ ਉਹ ਸਾਰਾ ਮਾਯੂਸ ਹੈ ਔਰ ਇਸੇ ਕਰਕੇ ਉਹ ਸਾਡੇ ਨਾਲ ਸਭ ਨੇ ਮਿਲ ਕੇ ਫੈਸਲਾ ਕੀਤਾ ਕਿ ਅਸੀਂ ਇਸ ਲੜਾਈ ਨੂੰ ਅੱਗੇ ਵਧਾਣਾ ਹੈ ਔਰ ਉਹਨਾਂ ਨੇ ਸਾਨੂੰ ਖੁੱਲ ਕੇ ਇਹ ਛੁੱਟੀ ਦਿੱਤੀ ਕਿ ਤੁਸੀਂ ਜੋ ਫੈਸਲਾ ਕਰੋਗੇ ਅਸੀਂ ਇਸ ਲੜਾਈ ਨੂੰ ਅੱਗੇ ਵਧਾਉਣ ਵਾਸਤੇ ਇਲਾਕੇ ਦੀ ਬਿਹਤਰੀ ਵਾਸਤੇ ਜੋ ਫੈਸਲਾ ਕਰੋਗੇ ਅਸੀਂ ਤੁਹਾਡੇ ਨਾਲ ਤੁਹਾਡੇ ਕਹਿਣ ਦਾ ਮਤਲਬ ਇਹ ਹੈ ਜੋ ਪਹਿਲਾਂ ਦੋ ਕੋਣਾ ਮੁਕਾਬਲਾ ਲੱਗ ਰਿਹਾ ਸੀ ਹੁਣ ਤੁਸੀਂ ਉੱਥੇ ਜਾ ਕੇ ਫਿਰ ਤੋਂ ਤਾਲ ਠੋਕੋਗੇ ਤੇ ਮੁਕਾਬਲਾ ਟਿਕਾਣੀ ਹੋ ਜਾਏਗਾ ਮੈਂ ਮੇਰਾ ਮੁਕਾਬਲਾ ਉਥੇ ਦੇ ਇਲਾਕੇ ਦੇ ਲੋਕਾਂ ਦੀਆਂ ਜੋ ਜ਼ਰੂਰਤਾਂ ਜੋ ਬੁਨਿਆਦੀ ਜ਼ਰੂਰਤਾਂ ਜੋ ਰੋਜ਼ਾਨਾ ਦੀਆਂ ਜ਼ਰੂਰਤਾਂ ਜੋ ਉਹਨਾਂ ਦੀ ਪਰਿਵਾਰਾਂ ਦੀ ਕਾਰੋਬਾਰ ਦੀਆਂ ਜ਼ਰੂਰਤਾਂ ਜੋ ਉਥੇ ਦੇ ਵਿਕਾਸ ਦੀਆਂ ਜ਼ਰੂਰਤਾਂ ਉਹਨਾਂ ਨੂੰ ਲੈ ਕੇ ਮੇਰੀ ਲੜਾਈ ਹੈ ਔਰ ਮੈਨੂੰ ਪੂਰਾ ਭਰੋਸਾ ਹੈ ਕਿ ਜਦੋਂ ਮੈਂ ਇਮਾਨਦਾਰੀ ਦੇ ਨਾਲ ਪਹਿਲੇ ਵੀ ਕੰਮ ਕਰਦਾ ਰਿਹਾ ਔਰ ਹੁਣ ਵੀ ਜਦੋਂ ਮੈਂ ਉਥੇ ਨਿਕਲਾਂਗਾ ਤੇ ਮੈਨੂੰ ਲੋਕਾਂ ਦਾ ਪੂਰਾ ਭਰੋਸਾ ਮੈਨੂੰ ਇਸ ਵੇਲੇ ਵੀ ਮਿਲ ਰਿਹਾ ਔਰ ਅੱਗੇ ਵੀ ਮਿਲੇਗਾ ਔਰ ਅਸੀਂ ਇਸ ਲੜਾਈ ਦੇ ਵਿੱਚ ਕਾਮਯਾਬ ਹੋਵਾਂਗੇ ਸ਼੍ਰੋਮਣੀ ਅਕਾਲੀ ਦਲ ਬਿਲਕੁਲ ਅਲੱਗ ਪਾਰਟੀ ਹੈ ਇਹ ਇਹਦੇ ਨਾਲ ਤੁਹਾਡੇ ਵਰਕਰਾਂ ਦਾ ਤੁਹਾਡੇ ਵੋਟਰਸ ਦਾ ਮੋਹ ਦੁਬਾਰਾ ਜੁੜ ਜਾਏਗਾ ਦੇਖੋ ਸ਼੍ਰੋਮਣੀ ਅਕਾਲੀ ਦਲ ਨੂੰ ਵੋਟਾਂ ਅਸੀਂ ਪਹਿਲੇ ਵੀ ਪਾਉਂਦੇ ਰਹੇ ਹਾਂ ਜਦੋਂ ਲੋਕ ਸਭਾ ਦੇ ਇਲੈਕਸ਼ਨ ਹੁੰਦੇ ਸੀ ਅਸੀਂ ਪਾਉਂਦੇ ਰਹੇ ਹਾਂ ਸੋ ਐਸਾ ਨਹੀਂ ਹੈ ਕਿ ਸ਼੍ਰੋਮਣੀ ਅਕਾਲੀ ਦਲ ਕੋਈ ਨਵੀਂ ਹੈ ਭਾਜਪਾ ਦੇ ਵਿਵਸਥੇ ਜਾਂ ਸਾਡੇ ਵੋਟ ਬੈਂਕ ਵਾਸਤੇ ਜਾਂ ਸਾਡੇ ਲੋਕਾਂ ਦੇ ਵਾਸਤੇ ਕੋਈ ਨਵੀਂ ਪਾਰਟੀ ਨਹੀਂ ਹੈ ਸੋ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਤਾਂ ਲੋਕਾਂ ਦਾ ਸਾਡੇ ਇਲਾਕੇ ਦੇ ਲੋਕਾਂ ਦਾ ਜੋੜ ਰਿਹਾ ਹੈ ਅਸੀਂ ਪ੍ਰੋਫੈਸਰ ਚੰਦੂ ਮਾਜਰਾ ਸਾਹਿਬ ਨੂੰ ਲਗਾਤਾਰ ਦੋ ਵਾਰੀ ਆਪਣੇ ਇਸ ਵਿਧਾਨ ਸਭਾ ਹਲਕੇ ਚ ਜਿਤਾਇਆ ਸੋ ਸਾਡ ਕੋ ਸ਼ੋਮਣੀ ਕਾਲੀ ਦਲ ਕੋਈ ਵਕਤ ਕੋਈ ਐਸਾ ਲੋਕਾਂ ਦਾ ਕੋਈ ਆਪਸ ਚ ਕੋਈ ਵੈਰ ਵਿਰੋਧ ਨਹੀਂ ਹੈ ਲੋਕ ਜੁੜੇ ਹੋਏ ਨੇ ਸੀਟ ਕਿੰਨੀ ਇੰਟਰਸਟਿੰਗ ਹੋ ਜੇਗੀ ਹੁਣ ਮਿੱਤਲ ਪਰਿਵਾਰ ਜਿਹੜਾ ਹੈ ਉਹ ਚਾਹੇ ਟਿਕਟ ਨਹੀਂ ਮਿਲੀ ਪਰ ਦੁਬਾਰਾ ਬਿਲਕੁਲ ਮੈਦਾਨ ਚ ਆ ਕੇ ਖੜਾ ਹੋ ਗਿਆ ਹੈ ਕਿੰਨਾ ਇੰਟਰਸਟਿੰਗ ਮੁਕਾਬਲਾ ਅਗਲੇ ਆਉਣ ਵਾਲੇ ਦਿਨਾਂ ਚ ਦੇਖਾਂਗੇ ਪਰ ਇਥੋਂ ਦੀ ਅਕਾਲੀ ਦਲ ਜਿਹੜਾ ਹੈ ਬੀਐਸਪੀ ਦੇ ਖਾਤੇ ਚ ਟਿਕਟ ਦੇ ਚੁੱਕਿਆ ਸੀ ਗੱਲਬਾਤ ਤੁਹਾਡੀ ਬਣ ਗਈ ਹੋਏਗੀ ਤਾਂ ਹੀ ਤਾਂ ਤੁਸੀਂ ਐਂਟਰੀ ਮਾਰੀ ਇਸ ਬਾਰੇ ਚ ਪ੍ਰਧਾਨ ਸਾਹਿਬ ਫੈਸਲਾ ਕਰਨਗੇ ਜਿੱਦਾਂ ਫੈਸਲਾ ਕਰਨਗੇ ਅਸੀਂ ਉਸ ਤਰੀਕੇ ਨਾਲ ਚੱਲਾਂਗੇ ਉਹ ਸੀਟਾਂ ਦੀ ਅਦਲਾ ਬਦਲੀ ਇਹਨਾਂ ਨੇ ਬੀਐਸਪੀ ਨਾਲ ਕੀਤੀ ਸੀ ਫਿਰ ਤੀਜੀ ਦੀ ਵੀ ਹੋ ਜਾਊਗੀ ਮੈਂ ਇਸ ਬਾਰੇ ਚ ਨਹੀਂ ਕਹਿ ਸਕਦਾ ਕਿਉਂਕਿ ਇਹ ਅਧਿਕਾਰ ਪ੍ਰਧਾਨ ਜੀ ਦਾ ਮੇਰਾ ਨਹੀਂ ਹੈ ਖੁਸ਼ ਹਾਂ ਬਿਲਕੁਲ ਇੱਧਰ ਆ ਕੇ ਮੈਂ ਆਪਣੇ ਇਲਾਕੇ ਦੀ ਲੜਾਈ ਲੜਨ ਵਾਸਤੇ ਤਿਆਰ ਹਾਂ ਇਸ ਵਾਸਤੇ ਬਹੁਤ ਖੁਸ਼ ਹਾਂ ਪਰ ਭਾਜਪਾ ਨੂੰ ਛੱਡ ਕੇ ਮਲਾਲ ਤਾਂ ਥੋੜਾ ਬਹੁਤ ਹੋ ਰਿਹਾ ਹੈ ਦੇਖੋ ਭਾਜਪੀ ਨੂੰ ਮੈਂ ਪਹਿਲਾਂ ਕਿਹਾ ਵੀ ਜਿਹੜੀ ਭਾਜਪੀ ਤੋਂ ਪਾਰਟੀ ਤੋਂ ਜੇ ਅਸੀਂ ਅੱਜ ਛੱਡ ਕੇ ਇਸ ਪਾਸੇ ਆਏ ਆ ਤਾਂ ਉਹ ਬੜੇ ਪਰਿਮੰਦ ਦੇ ਨਾਲ ਆਏ ਆ ਮਾਂ ਨੂੰ ਛੱਡਿਆ ਨਹੀਂ ਜਾਂਦਾ ਪਰ ਜੇ ਮਾਂ ਮਤਰੀ ਹੋ ਜਵੇ ਤਾਂ ਛੱਡਣੀ ਪੈਂਦੀ ਹੈ ਫਿਰ ਨਵੇਂ ਤੁਹਾਨੂੰ ਆयाम ਲੱਭਣੇ ਪੈਂਦੇ ਆ ਸੋ ਜਿੱਥੇ ਵੀ ਇਸ ਲੜਾਈ ਦੇ ਵਿੱਚ ਸਾਨੂੰ ਕਾਮਯਾਬੀ ਮਿਲੇਗੀ ਜਿੱਥੇ ਵੀ ਇਸ ਲੜਾਈ ਨੂੰ ਕੇ ਵਿਧਾਨ ਦੇ ਵਿੱਚ ਸਾਨੂੰ ਸਹਿਯੋਗ ਮਿਲੇਗਾ ਅਸੀਂ ਜਾਣਾਂ ਹੀ ਆ ਕਿਉਂਕਿ ਇਲਾਕੇ ਦਾ ਕੰਮ ਦੇਖਣਾ ਸਾਡੇ ਵਾਸਤੇ ਸਭ ਤੋਂ ਪਹਿਲੇ ਆ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਦੇ ਲਈ ਸੋ ਅਰਵਿੰਦ ਮਿੱਤਲ ਜੋ ਮੇਨ ਗੱਲ ਇਹ ਹੈ ਕਿ ਆਨੰਦਪੁਰ ਸਾਹਿਬ ਟਿਕਟ ਦੀ ਦਾਵੇਦਾਰੀ ਤੇ ਉਸ ਤੋਂ ਬਾਅਦ ਜਿਹੜਾ ਹੈ ਇਧਰ ਇਹਨਾਂ ਦੀ ਐਂਟਰੀ ਹੋਈ ਹੈ ਇਹ ਕਹਿ ਰਹੇ ਨੇ ਕਿ ਇਲਾਕੇ ਦੇ ਕੰਮ ਇਲਾਕਾ ਇਹਨਾਂ ਦੇ ਲਈ ਆਨੰਦਪੁਰ ਸਾਹਿਬ ਸੀਟ ਜ਼ਿਆਦਾ ਇੰਪੋਰਟੈਂਟ ਹੈ ਤੇ ਭਾਜਪਾ ਦੇ ਲਈ ਕਹਿ ਰਹੇ ਨੇ ਕਿ ਬਾ ਸਾਡੀ ਮਤਰਾ ਹੀ ਹੋਗੇ ਇਸ ਕਰਕੇ ਅਕਾਲੀ ਦਲ ਵੱਲ ਜਿਹੜਾ ਸਾਨੂੰ ਆਣਾ ਪੈ ਗਿਆ ਕੈਮਰਾਮੈਨ ਅਜੈ ਦੇ ਨਾਲ ਸ਼ਰਮਿਤ ਚੌਧਰੀ ਜਾਗਬਾਣੀ ਟੀਵੀ ਚੰਡੀਗੜ੍ਹ